ਓਰੋਪੁੱਛ ਵਾਇਰਸ ਕੀ ਹੈ, ਇਹ ਕਿਵੇਂ ਫੈਲਦਾ ਅਤੇ ਇਸਦੇ ਲੱਛਣ ਕੀ ਹੁੰਦੇ ਹਨ? ਇਹ ਸਾਰੇ ਸਵਾਲ ਇਸ ਲਈ ਕਿਉਂਕਿ ਓਰੋਪੁੱਛ ਵਾਇਰਸ ਦੇ ਮਾਮਲਿਆਂ ਦੇ ਵਿੱਚ ਅਚਾਨਕ ਵਾਧਾ ਅਤੇ ਪਹਿਲੀਆਂ ਮਨੁੱਖੀ ਮੌਤਾਂ ਦੀ ਪੁਸ਼ਟੀ ਨੇ ਖੋਜਕਾਰਾਂ ਨੂੰ ਇਸਦੇ ਵੱਧ ਰਹੇ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ। ਇਹ ਇੱਕ ਅਜਿਹਾ ਵਾਇਰਸ ਹੈ ਜਿਸ ਬਾਰੇ ਜਾਣਕਾਰੀ ਦਾ ਵੀ ਘੱਟ ਹੈ ਅਤੇ ਇਸਦਾ ਨਾ ਕੋਈ ਟੀਕਾ ਹੈ ਅਤੇ ਨਾ ਹੀ ਕੋਈ ਦਵਾਈ ਉਪਲਬਧ ਹੈ। ਜੁਲਾਈ ਦੇ ਅੰਤ ਵਿੱਚ ਬ੍ਰਾਜ਼ੀਲ ਵਿੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉੱਤਰ ਪੂਰਬੀ ਸੂਬੇ ਬਾਹੀਆ ਦੀਆਂ ਦੋ ਮੁਟਿਆਰਾਂ ਦੀ ਓਰੋਪੁੱਛ ਕਾਰਨ ਮੌਤ ਹੋ ਗਈ ਸੀ। ਕਿਊਬਾ ਵਿੱਚ ਵੀ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਓਰੋਪੁੱਛ ਕੀੜੇ ਮਕੌੜਿਆਂ ਦੇ ਕੱਟਣ ਨਾਲ ਫੈਲਣ ਵਾਲਾ ਇੱਕ ਵਾਇਰਸ ਹੈ। ਆਮ ਤੌਰ 'ਤੇ ਛੋਟੇ ਜਿਹੇ ਸੂਈ ਦੇ ਨੱਕੇ ਜਿੰਨੇ ਆਕਾਰ ਵਾਲੇ ਮਿਡਸ ਦੀ ਪ੍ਰਜਾਤੀ ਕਿਊਲੀਕੋਇਡਸ ਪੈਰੈਂਸਿਸ ਨਾਲ ਫੈਲਦਾ ਜੋ ਅਮਰੀਕਾ ਦੇ ਵੱਡੇ ਹਿੱਸੇ ਵਿੱਚ ਮਿਲਦੀ ਹੈ। ਵਾਇਰਸ ਇੱਕ ਲਾਗ ਵਾਲੇ ਵਿਅਕਤੀ ਤੋਂ ਦੂਜਿਆਂ ਵਿੱਚ ਫੈਲ ਸਕਦਾ ਹੈ। ਇਸ ਦੇ ਚਮੜੀ ਦੇ ਸੰਪਰਕ ਜਾਂ ਫਿਰ ਹਵਾ ਰਾਹੀਂ ਫੈਲਣ ਬਾਰੇ ਅਜੇ ਕੋਈ ਸਬੂਤ ਨਹੀਂ ਮਿਲੇ ਹਨ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਬੂਤ ਇਹ ਸੁਝਾਅ ਦਿੰਦੇ ਹਨ ਕਿ ਵਾਇਰਸ ਗਰਭਵਤੀ ਔਰਤਾਂ ਤੋਂ ਉਹਨਾਂ ਦੇ ਭਰੂਣਾਂ ਵਿੱਚ ਫੈਲ ਸਕਦਾ ਹੈ, ਹਾਲਾਂਕਿ ਪ੍ਰਭਾਵ ਅਸਪਸ਼ਟ ਹਨ। ਓਰੋਪੁੱਛ ਕੁਦਰਤੀ ਤੌਰ 'ਤੇ ਪ੍ਰਾਈਮੇਟਸ ਜਿਵੇਂ ਕਿ ਬਾਂਦਰਾਂ ਅਤੇ ਅਫਰੀਕੀ ਜਾਨਵਰ ਸਲੋਥਾਂ ਵਿੱਚ ਵੀ ਹੁੰਦਾ ਹੈ। ਵਿਗਿਆਨੀਆਂ ਨੂੰ ਸ਼ੱਕ ਹੈ ਕਿ ਇਹ ਕੁਝ ਪੰਛੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸਦਾ ਕੇਸ ਪਹਿਲੀ ਵਾਰ 1955 ਦੇ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੇ ਵੇਗਾ ਦੇ ਓਰੋਪੁੱਛ ਪਿੰਡ ਵਿੱਚ ਦਰਜ ਕੀਤਾ ਗਿਆ। ਓਰੋਪੁੱਛ ਫਲੂ ਵਰਗੀ ਬਿਮਾਰੀ ਹੁੰਦੀ ਹੈ ਜਿਵੇਂ ਕਿ ਡੇਂਗੂ ਬੁਖਾਰ। ਵਿਸ਼ਵ ਸਿਹਤ ਸੰਗਠਨ ਇਸਦੇ ਲੱਛਣਾਂ ਬਾਰੇ ਦੱਸਦਾ ਕਿ ਅਚਾਨਕ ਤੇਜ਼ ਬੁਖਾਰ ਹੋ ਸਕਦਾ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਜੋੜਾਂ ਵਿੱਚ ਅਕੜਾ ਜਾਂ ਫਿਰ ਦਰਦ, ਠੰਡ ਲੱਗਣਾ, ਜੀ ਕੱਚਾ ਹੋਣਾ, ਉਲਟੀਆਂ ਆਉਣਾ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਹ ਲੱਛਣ 5 ਤੋਂ 7 ਦਿਨਾਂ ਤੱਕ ਰਹਿੰਦੇ ਹਨ। US ਸੈਂਟਰ ਫੋਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਕਹਿਣਾ ਹੈ ਕਿ 60% ਤੱਕ ਮਰੀਜ਼ਾਂ ਵਿੱਚ ਲੱਛਣ ਕੁਝ ਦਿਨਾਂ ਜਾਂ ਹਫ਼ਤਿਆਂ ਬਾਅਦ ਦੁਬਾਰਾ ਨਜ਼ਰ ਆਉਂਦੇ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਸਦੇ ਦੁਬਾਰਾ ਹੋਣ ਦੇ ਕੀ ਕਾਰਨ ਹਨ। ਇਹ ਉਹੀ ਲਾਗ ਹੋ ਸਕਦੀ ਹੈ ਜੋ ਦੁਬਾਰਾ ਉਭਰਦੀ ਹੈ, ਜਾਂ ਜਿੱਥੇ ਇਹ ਵਾਇਰਸ ਵਾਲੇ ਕੀੜੇ ਮਕੌੜੇ ਮੌਜੂਦ ਹਨ ਉੱਥੇ ਰਹਿਣ ਵਾਲੇ ਲੋਕਾਂ ਨੂੰ ਮੁੜ ਲਾਗ ਲੱਗ ਜਾਂਦੀ ਹੈ। ਓਰੋਪੁੱਛ ਤੋਂ ਇਨਸੈਫਲਾਈਟਿਸ ਅਤੇ ਮੈਨਨਜਾਈਟਿਸ, ਜੋ ਕਿ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਲੇ ਦੁਆਲੇ ਦੀ ਝਿੱਲੀ ਦੀਆਂ ਸੋਜ ਸੰਬੰਧੀ ਬਿਮਾਰੀਆਂ ਹਨ, ਉਹ ਹੋ ਸਕਦੀਆਂ ਹਨ। ਓਰੋਪੁੱਛ ਦੇ ਇਲਾਜ ਲਈ ਕੋਈ ਖਾਸ ਦਵਾਈ ਨਹੀਂ ਹੈ, ਲਾਗ ਤੋਂ ਬਚਾਅ ਲਈ ਕੋਈ ਟੀਕਾ ਵੀ ਨਹੀਂ ਹੈ। ਅਕਾਦਮਿਕ ਜਰਨਲ ਦੀ ਲੈਂਸੈਟ ਮਾਈਕਰੋਬ ਦੇ ਵਿੱਚ ਇੱਕ ਲੇਖ ਓਰੋਪੁੱਛ ਬੁਖਾਰ ਦੇ ਪ੍ਰਕੋਪ ਨੂੰ ਵਿਸ਼ਵ ਸਿਹਤ ਲਈ ਇੱਕ ਉਭਰਦੇ ਖਤਰੇ ਵਜੋਂ ਸ਼੍ਰੇਣੀਬੱਧ ਕਰਦਾ ਅਤੇ ਨਵੇਂ ਇਲਾਜਾਂ ਵਿੱਚ ਖੋਜ ਦੀ ਘਾਟ ਦੀ ਚੇਤਾਵਨੀ ਵੀ ਦਿੰਦਾ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਲੱਛਣਾਂ ਮੁਤਾਬਿਕ ਇਲਾਜ ਅਤੇ ਡਾਕਟਰੀ ਨਿਗਰਾਨੀ ਦੇ ਨਾਲ ਆਰਾਮ ਕਰਨਾ ਚਾਹੀਦਾ। ਓਰੋਪੁੱਛ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਮਿਡਸ ਅਤੇ ਮੱਛਰਾਂ ਤੋਂ ਬਚ ਕੇ ਰਹੋ। ਇਸ ਸੰਬੰਧੀ ਸਿਹਤ ਅਧਿਕਾਰੀ ਬੁਨਿਆਦੀ ਰੋਕਥਾਮ ਦੇ ਉਪਾਵਾਂ ਦਾ ਵੀ ਸੁਝਾਅ ਦਿੰਦੇ ਹਨ। ਬੁਖਾਰ, ਦਰਦ ਅਤੇ ਜੀ ਕੱਚਾ ਹੋਣ ਵਰਗੇ ਲੱਛਣਾਂ ਨੂੰ ਦੂਰ ਕਰਨ ਲਈ ਡਾਕਟਰ ਖਾਸ ਦਵਾਈਆਂ ਦੀ ਵੀ ਸਿਫਾਰਿਸ਼ ਕਰ ਸਕਦੇ ਹਨ। ਕਿਸੇ ਵੀ ਲਾਗ ਵਾਲੇ ਵਿਅਕਤੀ ਨੂੰ ਕੀੜੇ ਮਕੌੜੇ ਦੇ ਕੱਟੇ ਜਾਣ ਦੀ ਸੰਭਾਵਨਾ ਨੂੰ ਘਟਾਉਣ ਲਈ ਕੀੜੇ ਮਕੌੜੇ ਨੂੰ ਰੋਕਣ ਵਾਲੀਆਂ ਦਵਾਈਆਂ ਦੀ ਵਰਤੋਂ ਵੀ ਜਾਰੀ ਰੱਖਣੀ ਚਾਹੀਦੀ ਹੈ ਜੋ ਵਾਇਰਸ ਹੋਰ ਲੋਕਾਂ ਦੇ ਵਿੱਚ ਫੈਲਾ ਸਕਦਾ ਹੈ।